ਚੰਡੀਗੜ੍ਹ ਮੋਰਿੰਡਾ ਲੁਧਿਆਣਾ ਬਾਈਪਾਸ ਦੇ ਉੱਪਰ ਅੱਜ ਵੱਡਾ ਸੜਕੀ ਹਾਦਸਾ ਵਾਪਰਿਆ ਹੈ ਜਿਸ ਦੌਰਾਨ 15 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜ ਗਿਆ ਤੇ ਉਸਨੇ ਮੋਟਰਸਾਈਕਲ ਨੂੰ ਜਾ ਟੱਕਰ ਮਾਰੀ, ਜਿਸ ਤੋਂ ਬਾਅਦ ਪਿੱਛੇ ਆ ਰਹੀ ਇਨੋਵਾ ਦੀ ਵੀ ਟੱਕਰ ਹੋਈ ਤੇ ਉਸਦੇ ਪਿੱਛੇ ਆ ਰਹੀ PRTC ਦੀ ਬੱਸ ਵੀ ਇਨੋਵਾ ਦੇ ਵਿੱਚ ਜਾ ਵੱਜੀ, ਜਿਸ ਦੇ ਚਲਦਿਆਂ ਕਰੀਬ 15 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਇਸ ਸਾਰੇ ਮਾਮਲੇ ਸੰਬੰਧੀ ਮੌਕੇ ਤੇ ਮੌਜੂਦ ਚਸ਼ਮਦੀਦਾਂ ਅਤੇ ਹੋਰਾਂ ਨੇ ਕੀ ਕੁਝ ਕਿਹਾ ਹੈ, ਆਓ ਸੁਣ ਲੈਂਦੇ ਹਾਂ। ਡਰਾਈਵਰ ਤੁਸੀਂ ਹੈ ਜੀ, ਕੀ ਹੈ ਬੱਸ ਨੰਬਰ ਕੀ ਹੈ ਤੁਹਾਡਾ? ਤੁਹਾਨੂੰ ਪਤਾ ਨਹੀਂ ਕੀ ਕਿੱਦਾਂ ਹੋਈ ਹੈ ਘਟਨਾ? ਇਹ ਜੀ ਮੂਹਰੇ ਟਰੈਲੀ ਜਾ ਰਹੀ ਸੀ ਕਿ ਉਹ ਜਿਹੜੀ ਖੜੀ ਹੈ ਟਰੈਲੀ ਸਾਹਮਣੇ, ਉਹਨੇ ਪਹਿਲਾਂ ਮੋਟਰਸਾਈਕਲ ਵਾਲੇ ਉਹ ਜਿਹੜਾ ਮੋਟਰਸਾਈਕਲ ਪਿਆ ਹੈਗਾ ਉਹਨੂੰ ਸਾਈਡ ਮਾਰੀ, ਮੋਟਰਸਾਈਕਲ ਸਿਰ ਤਾਂ ਥੱਲੇ, ਪਰ ਇੱਕਦਮ ਡਰਾਈਵਰ ਸਾਈਡ ਮੋੜੀ ਤਾਂ ਮਾਗਰੇ ਦੇ ਨੋਵਾ ਹੁੰਦੀ ਸੀਗੀ, ਨੋਵਾ ਦੇ ਮਾਗਰ ਮੈਂ ਸੀਗਾ। ਇੱਕਦਮ ਜਦੋਂ ਕੱਟ ਮਾਰਿਆ ਉਹਨੇ ਟਰੈਲੀ ਹੱਫਲ ਗਈ, ਉਹਦੀ ਨੋਵਾ ਵਾਲੇ ਨੇ ਬ੍ਰੇਕ ਮਾਰੇ ਤੇ ਉਹਦੇ ਮਾਗਰੀ ਮੈਂ ਸੀਗਾ, ਤੇ ਮਾਗਰੀ ਮੇਰੀ ਗੱਡੀ ਨੋਵਾ 'ਚ ਵੱਜੀ ਆ ਗਈ, ਤੇ ਜਿਹੜੇ ਮੋਟਰਸਾਈਕਲ ਉਹ ਕੱਟ ਮਾਰ ਕੇ ਗਿਆ ਸੀਗਾ, ਸਿੱਟ ਕੇ ਗਿਆ ਸੀ ਮੋਟਰਸਾਈਕਲ ਨੂੰ, ਉਹ ਫੁਰ ਕੇ ਗਿਆ ਸਾਡੀ ਨੋਵਾ ਗੱਡੀ ਦੇ ਮੂਹਰੇ ਆ ਗਈ, ਕੁਛ ਕੁ ਮੇਰੀ ਗੱਡੀ ਦੇ ਮੂਹਰੇ ਆ ਗਏ ਜਿਹੜੇ ਇਹਨੂੰ ਟਰੈਲੀ ਵਾਲਾ ਮੋਟਰਸਾਈਕਲ ਨੂੰ ਕੱਟ ਮਾਰ ਕੇ ਗਿਆ ਸੀਗਾ। ਨੋਵਾ ਦੂਸਰੇ ਪਾਸੇ ਜਾ ਡਿੱਗੀ? ਹਾਂ, ਮਾਗਰ ਜੋ ਗੱਡੀ ਵਿੱਚ ਨੋਵਾ ਦੂਸਰੇ ਪਾਸੇ ਵੱਜ। ਕਿੰਨੀ ਸਪੀਡ ਸੀ ਆਪਣੀ ਗੱਡੀ ਦਾ? ਨੋਰਮਲ ਚੜ੍ਹਾਈ ਚੜ੍ਹਦੀ ਹੈ ਜੀ, ਨੋਰਮਲ 45-40 ਸਪੀਡ ਸੀਗੀ, ਚੜ੍ਹਾਈ ਚੜ੍ਹਦੀ ਹੈ ਪੁਲ ਦੀ, ਤੁਹਾਨੂੰ ਪਤਾ ਵੀ ਟ੍ਰੈਫਿਕ ਕਿੰਨੀ ਹੁੰਦੀ ਹੈ ਪੁਲ ਤੇ, 40 ਸਪੀਡ। ਬ੍ਰੇਕ ਨਹੀਂ ਲੱਗੀ ਜੀ? ਬ੍ਰੇਕ ਲੱਗਿਆ ਜੀ, ਜਦੋਂ ਬ੍ਰੇਕ ਲੱਗੇ ਅਚਾਨਕ 1 ਸਕਿੰਟ 'ਚ ਕੀ ਹੁੰਦਾ ਜੀ, 1 ਸਕਿੰਟ ਦੇ ਵਿੱਚ ਹੋ ਗਿਆ ਸਾਰਾ ਕੁਝ। ਜਿਹੜਾ ਐਕਸੀਡੈਂਟ ਤੁਹਾਡਾ ਕਿਸ ਤਰ੍ਹਾਂ ਹੋਇਆ ਜੀ? ਸਰ ਮੂਹਰੇ ਟਰਾਲੀ ਜਾ ਰਹੀ ਜੀ, ਟਰਾਲੀ ਨੇ ਪਹਿਲਾਂ ਮੋਟਰਸਾਈਕਲ ਨਾਲ ਗਿਰੇ ਜੀ ਦੋ ਬੰਦੇ, ਤੇ ਫਿਰ ਦੂਸਰੇ ਪਾਸੇ ਟਰਾਲੀ ਘੁੰਮਾ ਕੇ ਨਾ ਮੇਰੇ ਮੂਹਰੇ ਗੱਡੀ ਦੇ ਕਰਤੀ ਜੀ, ਮੈਂ ਗੱਡੀ ਰੋਕ ਲਈ ਆਪਣੀ ਜੀ, ਮਗਰ ਮੇਰੇ ਬੱਸ ਆ ਰਹੀ ਸੀ, ਬੱਸ ਵਾਲਿਆਂ ਨੇ ਮੇਰੇ ਵਿੱਚੋਂ ਗੱਡੀ ਮਾਰੀ ਸਰ। ਕਿੰਨੇ ਜਿਹੜੇ ਤੁਹਾਡੇ ਕਿੰਨੇ, ਤੁਸੀਂ ਕਿੱਥੇ ਜਾ ਰਹੇ ਸੀ? ਅਸੀਂ ਰੋਡ ਮਾਜਰੇ ਜਾ ਰਹੇ ਸੀ ਪ੍ਰੋਗਰਾਮ ਤੇ। ਕਿੰਨੇ ਤੁਹਾਡੇ ਜਿਹੜੇ ਸਾਥੀ? 3.5 ਬੰਦਿਆਂ ਦੇ ਸੱਟਾਂ ਵੱਜੀਆਂ ਜੀ, ਗੰਭੀਰ ਸੱਟਾਂ। ਹਾਂਜੀ, ਇਸ ਟਾਈਮ ਕਿੱਥੇ ਆ? ਉਹ 32 ਭੇਜਤੇ ਜੀ। ਡਾਕਟਰ ਸਾਹਿਬ, ਅੱਜ ਦੇ ਐਕਸੀਡੈਂਟ 'ਚ ਕਿੰਨੇ ਪੇਸ਼ੈਂਟ ਆਏ ਨੇ ਜੀ? ਜੀ ਸਾਡੇ ਕੋਲ 15 ਦੇ ਕਰੀਬ ਮਰੀਜ਼ ਆਏ ਜੀ ਟੋਟਲ, ਉਹਨਾਂ 'ਚੋਂ ਜਿਹੜੇ 7 ਸੀਗੇ ਜੀ ਅਸੀਂ ਸਿੰਪਲ ਫਸਟ ਏਡ ਦੇ ਕੇ ਉਹਨਾਂ ਨੂੰ ਭੇਜ ਦਿੱਤਾ, ਅਤੇ 6 ਪੇਸ਼ੈਂਟਾਂ ਨੂੰ ਹੈੱਡ ਇੰਜਰੀ ਸੀ ਅਤੇ ਮੇਜਰ ਇੰਜਰੀਆਂ ਸੀਗੀਆਂ ਜੀ, ਉਹਨਾਂ ਨੂੰ ਰੈਫਰ ਕੀਤਾ ਗਿਆ ਐਂਬੂਲੈਂਸ ਬੁਲਾ ਕੇ, ਉਹਨਾਂ ਨੂੰ 6 ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਜੀ, ਬਾਕੀ ਦੋ ਇੱਕ ਸਾਫਟ ਟਿਸ਼ੂ ਇੰਜਰੀ ਸੀਗੀਆਂ 2 ਪੇਸ਼ੈਂਟ ਨੂੰ, ਉਹਨਾਂ ਨੂੰ ਰੈਲੇਵੈਂਟ ਡਾਕਟਰਸ ਕੋਲ ਭੇਜ ਦਿੱਤਾ। ਕਿਸੇ ਦੀ ਮੌਤ ਨਹੀਂ ਹੋਈ ਹੈ ਜੀ, ਕੋਈ ਡੈਡ ਬੋਡੀ ਸਾਡੇ ਕੋਲ ਨਹੀਂ। ਥੈਂਕ ਯੂ। ਰੂਪਨਗਰ ਤੋਂ ਜਤਿੰਦਰ ਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।